असलकम क्या हाल चाल है सबका सब ठीक ठाक हो मेरे सबसक्राइबर से जे सिर्फ वीडियो में वेख के चले जाते हैं सबसक्राइब कित बगैर और सब ठीक ठाक हो तो ते तो मैं ते जा रही हाँ अच्छ अपने पेंड तो मैं क्या चलो मैं भी तो अपने नाल लैके चलनी हाँ तो अपना प्यारा जहाँ पेंड वहाँ अपना पेक्यादा घर ਕਿਉਂਕਿ ਪਿੱਕੇ ਜੜੇ ਨੇ ਨਾ ਤੁਸੀਂ ਸ਼ਾਦੀ ਤੋਂ 10 ਸਾਲ 15 20 25 30 ਜਿੰਨੀ ਹੈ ਮਰਸੀ ਟਾਈਮ ਗੁਜ਼ਰਿਆ ਹੈ ਲੇਕਿਨ ਜਿਹੜੀ ਪਿੱਕੇ ਘਰ ਜਾਣ ਦੀ ਖੁਸ਼ੀ ਹੁੰਦੀ ਹੈ ਨਾ ਉਹ ਨਵੇਂ ਜਿਹੜਾ ਜੋੜਾ ਹੁੰਦਾ ਨਾ ਉਹਦੋਂ ਨਾਲ ਵੀ ਜ਼ਿਆਦਾ ਹੁੰਦੀ ਹੈ ਤੇ ਪਿੱਕਾ ਘਰ ਲੱਗਦਾ ਵੀ ਉਨੀ ਦੇਰ ਤੱਕ ਹੀ ਜਿੰਨੀ ਦੇਰ ਤੱਕ ਅਗੋ ਮਾਂ ਤੇ ਪਿਓ ਮਿਲੇ ਤੇ ਮਾਂ ਪਿਓ ਤੋਂ ਬਾਅਦ ਬੇਕਾਰ ਖਤਮ ਅਗਰ ਪੜਾ ਤੁਹਾਡੇ ਚੰਗੇ ਹੋਣ ਤੇ ਫਿਰ ਤੁਸੀਂ ਮਤਲਬ ਪਾਪੀਆਂ ਚੰਗੀਆਂ ਹੋਣ ਪਰਚਾਈਆਂ ਚੰਗੀਆਂ ਹੋਣ ਪੜਾ ਚੰਗੇ ਹੋਣ ਤੇ ਤੁਸੀਂ ਜਾਂਦੇ ਰਹੋ ਲੇਕਿਨ ਜਿਹੜੀ ਪੇਕੇ ਜਾਣ ਦੀ ਖੁਸ਼ੀ ਆਪਣੇ ਮਾਪਿਓ ਦੀ ਹੁੰਦੀ ਹੈ ਨਾ ਉਹ ਖੁਸ਼ੀ ਤੁਹਾਨੂੰ ਉਸ ਤੋਂ ਬਾਅਦ ਨਹੀਂ ਮਿਲਦੀ ਤੇ ਇਸ ਵਾਸਤੇ ਪੇਕੇ ਜਾਂਦੇ ਰਹਿਣਾ ਚਾਹੀਦਾ ਤੇ ਮਾਪਿਆਂ ਨੂੰ ਖੁਸ਼ ਕਰਦੇ ਰਹਿਣਾ ਚਾਹੀਦਾ ਤੇ ਮਾਪਿਓ ਜਿਹੜੇ ਨੇ ਉਹ ਆਪਣੇ ਪੋਤੀਆਂ ਪੋਤਿਆਂ ਨਾਲੋਂ ਪੋਤੀਆਂ ਪੁੱਤਿਆਂ ਨਾਲੋਂ ਆਪਣੇ ਦੋਤਿਆਂ ਦੋਤਿਆਂ ਦਾ ਜ਼ਿਆਦਾ ਖਿਆਲ ਕਰਦੇ ਨੇ ਤੇ ਜ਼ਿਆਦਾ ਪਿਆਰ ਕਰਦੇ ਨੇ ਕਿਉਂਕਿ ਉਹ ਨਦੀ ਦੀਆਂ ਤੇ ਆਂਦੀ ਔਲਾਦ ਹੁੰਦੀ ਹੈ ਪੋਤੀਆਂ ਪੁੱਤੇ ਕੋਹ ਰਹਿੰਦੇ ਨੇ ਤੇ ਦੋਧੀਆਂ ਦੋਤੇ ਕਦੀ ਕਦੀ ਜਾਂਦੇ ਨੇ ਤਦ ਇਹ ਇੱਕ ਰਿਸ਼ਤਾ ਹੀ ਅੱਲਾਹ ਬਾਖ ਨੇ ਇਸ ਤਰ੍ਹਾਂ ਦਾ ਬਣਾ ਦਿੱਤਾ ਹੋਇਆ ਤੇ ਅਸੀਂ ਨਾ ਦੂਸਰੀ ਮਤਲਬ ਉਹ ਸਾਈਡ ਤੇ ਵੀ ਸਾਡਾ ਹੈ ਵੇ ਬਿੰਡ ਲੇਕਿਨ ਜ਼ਿਆਦਾ ਆਬਾਦੀ ਐ ਸਾਡ ਤੇ ਹੈ ਤੇ@" ਤੁਸੀਂ ਵੇਖਿਆ ਮੈਂ ਰੋਡ ਪੁਲ ਕ੍ਰਾਸ ਕਰਕੇ ਇੱਧਰ ਆ ਗਿਆ ਤੇ ਇਹ ਜਿਹੜਾ ਬਲੌਗ ਹੈ ਜਦੋਂ ਮੇਰੇ ਹਸਬੰਡ ਇੱਥੇ ਸਨ ਨਾ ਮੇਰੇ ਮੀਆਂ ਜੀ ਸਰਤਾਜ ਉਹ ਤੋਂ ਦਾ ਬਣਾਇਆ ਹੈ ਤੇ ਸਮ ਰੀਜ਼ਨ ਮਤਲਬ ਮੈਂ ਅਪਲੋਡ ਨਹੀਂ ਕਰ ਸਕੀ ਲੇਕਿਨ ਮੈਂ ਨੀਅਤ ਕੀਤੀ ਸੀ ਕਿ ਮੈਂ ਜਿੱਤੋਂ ਵੀ ਕਰਾਂਗੀ ਪੰਜਾਬੀ ਚ ਕਰਾਂਗੀ ਤੇ ਸਾਰਾ ਬਲੌਗ ਮਤਲਬ ਆਪਣਾ ਜਿਹੜੀ ਵੀਡੀਓ ਪੂਰੀ ਦਿਖਾਵਾਂਗੇ मतलब स्ट्रेट फॉरवर्ड नहीं कराऊंगी मतलब जल्दी-जल्दी वाला नहीं कराऊंगी आराम आराम ਨਾਲ ਤੁਹਾਨੂੰ ਸਾਰਾ ਬਖਾਵਾਂਗੀ ਪਿੰਡ ਸਾਡਾ ਹੈ ਤੇ ਰੋਡ ਦੇ ਉੱਪਰ ਹੀ ਹੈ मतलब ਕਈ ਪਿੰਡ ਐਸੇ ਹੁੰਦੇ ਨੇ ਕਿ ਰੋਡ ਤੋਂ ਕਾਫੀ ਲੱਗੇ ਜਾ ਕੇ ਸ਼ੁਰੂ ਹੁੰਦੇ ਨੇ ਲੇਕਿਨ ਸਾਡਾ ਪਿੰਡ ਰੋਡ ਦੇ ਉੱਪਰ ਹੀ ਹੈ ਤੇ ਬਾਕੀ ਲੋਕਾਂ ਦੇ ਡੇਰੇ ਵੀ ਰੋਡ ਦੇ ਉੱਪਰ ਹੀ ਬੰਨੇ ਹੋਏ ਨੇ ਤੁਹਾਨੂੰ ਨਜ਼ਰ ਆ ਰਹੇ ਨੇ भैंसाਾਂ ਸ਼ੇਰਾਂ ਟਰਾਲੀਆਂ ਹੋਰ ਇਹ ਉਹ ਸਾਰਾ ਖੋਤੀ ਰੇਡੇ ਵੀ ਕੁਦਰਤੀ ਵਿੱਚ ਵੇਖੀ ਹੋਣੀ ਹੈ ਤੇ ਪੰਜਾਬੀ ਜ਼ਬਾਨ ਜਿਹੜੀ ਹੈ ਨਾ ਸਾਡੀ ਮادری ਜ਼ਬਾਨ ਹੈ ਤੇ ਬੋਲਣੀ ਵੀ ਚਾਹੀਦੀ ਹੈ ਲੇਕਿਨ ਮਤਲਬ ਅੱਜਕੱਲ੍ਹ ਸਾਡੇ ਅਸੀਂ ਸਟੈਂਡਰਡ ਹੀ ਆ ਜਾਂਦੇ ਅਸੀਂ ਹਾਈ ਕਰ ਲਏ ਹੋਏ ਨੇ ਕਿ ਇੰਗਲਿਸ਼ ਤੇ 우르두 ਤੋਂ ਇਲਾਵਾ ਸਿੱਖਣੇ ਜਿਹੜਸ ਬੰਦਾ ਪੰਜਾਬੀ ਬੋਲਦਾ ਹੈ ਤੇ ਪੜ੍ਹਿਆ ਲਿਖਿਆ ਨਹੀਂ ਤੇ ਕੋਈ ਪੈਂਡੂ ਜਿਹਾ ਵੇ ਮਤਲਬ ਕਿ ਹਾਂ ਨਾ ਇਹ ਨਿਆਣਾ ਸੀ ਪਿੰਡ ਉਹ ਤੇ ਜਿਹੜੇ ਪਿੱਛੇ ਚਾਚਾ ਜੀ ਗੁਜ਼ਰੇ ਨੇ ਨਾ ਖਾਦਮ ਵਾਲੀ ਖਾਦਮ ਦੇ ਨਹੀਂ ਪੱਲੇ ਵਾਲੇ ਇਹਨਾਂ ਕੋਲ ਬੜੇ ਦਹੀਂ ਪੱਲੇ ਲੈ ਕੇ ਮੈਂ ਖਾਦੇ ਨੇ ਤੇ ਬੜੇ ਅੱਛੇ ਮਤਲਬ ਪਿੰਡ ਵਿੱਚ ਜਿਸ ਤਰ੍ਹਾਂ ਦੇ ਮਿਲਨੇ ਚਾਹੀਦੇ ਨੂੰ ਉਸ ਤਰ੍ਹਾਂ ਦੇ ਦਹੀਂ ਪੱਲੇ ਨੇ ਤੇ ਬਾਕੀ ਸਾਡੇ ਪਿੰਡ ਆ ਰਹੀ ਹੈ ਗੈਸ ਤੇ ਚਲੋ ਅਸੀਂ ਤੇ ਨਹੀਂ ਇਸਤੇਮਾਲ ਕੀ ਦੀ ਨਾ ਸਾਡੀ ਬੀਬੇ ਨੇ ਕੀਤੀ ਹੈ ਤੇ ਚਲੋ ਅੱਗੋਂ ਸਾਡੇ ਮਤਲਬ ਪਰ ਜਾਈਆਂ ਸਾਡੀਆਂ ਕਰਨੀਆਂ ਗੈਸ ਜੀ ਆ ਗਈ ਤੇ ਕਿਉਂਕਿ ਫਿਰ ਲਾਲ ਜੀ ਦੋ ਸੀ ਇਹ ਸਭ ਤੋਂ ਬਸ ਪੈ ਪੈ ਰਹੇ ਸਨ ਤੇ ਪੈ ਪੈ ਤੋਂ ਬਾਅਦ ਅੱਗੋਂ ਕੰਮ ਬੰਦ ਹੋ ਗਿਆ ਹੁਣ ਆਏ ਮੇਰੇ ਹਾਲ ਜੀ ਤੋਂ ਇਲੈਕਸ਼ਨ ਹੋਣ ਕਿ ਉਦੋਂ ਪੈਣਗੇ ਲੇਕਿਨ ਹੈ ਚਲੋ ਅੱਲਾ ਕੀ ਕਹਿੰਦੇ ਨੇ ਅੱਲਾ ਦੇ ਘਰ ਉਮੀਦ ਹੋਣੀ ਚਾਹੀਦੀ ਹੈ ਪੈ ਪੈ ਗਏ ਤਾਂ ਗੈਸ ਵੀ ਆ ਜਾਏਗੀ ਤੇ ਬਸ ਇਹ ਇੱਕ ਬੜੀ ਪੁਰਾਣੀ ਜੀ ਦੁਕਾਨ ਹੈ ਮਠਿਆਈ ਦੀ ਤਾਂ ਮੈਂ ਜਲੇਬੀਆਂ ਮੰਗਵਾ ਕੇ ਖਾਣੇ ਸਾ ਤੇ ਇਹ ਲਾਈਨ ਵਾਜ਼ ਰਖੇ ਲੱਗੇ ਨੇ ਜਿਹੜੇ ਡਸ ਕਾ ਜਾਂਦੇ ਨੇ ਸਵਾਰੀ ਨੂੰ ਆਪਣੀ ਆਪਣੀ ਵਾਰੀ ਤੇ ਬਿਠਾ ਕੇ ਤੇ ਬਸ ਅਸੀਂ ਮਤਲਬ ਪਹੁੰਚ ਗਏ ਐਸੇ ਉਤੋਂ ਦੇ ਟਰਨ ਲੈ ਕੇ ਤੇ ਆਪਣੀ ਗੇਟ ਦੇ ਅੱਗੇ ਤੇ ਉਹੀ ਗੱਲ ਪੇਕੇ ਜਾਣਾ ਹੈ ਗੁੱਬੇ ਬੇਬੇ ਨਜ਼ਰ ਆਣੀ ਹੈ ਤੇ ਯਕੀਨ ਕਰੋ ਬੇਬੇ ਨੇ ਜਦੋਂ ਮੂੰਹ ਜੁਮਨਾ ਤੇ ਖੁਸ਼ ਹੋ ਜਾਣਾ अल्लाह ना किसी कि अल्ला कि के भी वाले मतलब धियाँ से ऐसा टाइम लिया कि वह जानते अगू उन्होंने मावं नज़र आन अल्लाह सब दया मावं याद रखी जिंदगी तंदुरुस्ती बस तो शाम का टाइम से अबू दुध लैके आए सन तब नम्मी कओ मैं फिर चाय रख दी ਤੇ ਬੱਸ ਅਸੀਂ ਫੇਰ ਘਰ ਆ ਗਏ ਆ ਇੱਕ ਦਿਨ ਇੱਕ ਰਾਤ ਹੀ ਰੁਕੇ ਸਾਂ ਫੇਰ ਅਸੀਂ ਵਾਪਸ ਆ ਗਏ ਘਰ ਕਿਉਂਕਿ ਮੀਹ ਹਜੀ ਜ਼ਿਆਦਾ ਆਪਣੇ ਘਰ ਆ ਨਾ ਪਸੰਦ ਕਰਦੇ ਨੇ ਨਿਸਬਤ ਸਸਰਾਲ ਦੇ ਸੋਹਰਿਆਂ ਦੇ ਘਰ ਤੇ ਬੱਸ ਫੇਰ ਅਸੀਂ ਆ ਗਏ ਸਾਂ ਆਏ ਲੇਕਿਨ ਅਲਗ ਅਲਗੇ ਸਾਂ ਮੀਂਹ ਸਾਂ ਬੱਚੇ ਖਾਣਾ ਖਾ ਕੇ ਆਏ ਸਾਂ ਲੇਕਿਨ ਰਾਤ ਨੂੰ ਫੇਰ ਬੱਚਿਆਂ ਨੂੰ ਭੁੱਖ ਲੱਗੀ ਫੇਰ ਮੈਂ ਨੈਗਟਸ ਬਣਾਏ 버ਗਰ ਐਸਾਂ ਅਸੀਂ ਫੇਰ ਨੈਗਟਸ ਵਾਲੇ 버ਗਰ ਬਣਾਏ ਠੀਕ ਹੈ ਜੀ ਤੇ ਮੇਰੇ ਬੱਚੇ ਮਾਇਨਡੀ ਵਗੈਰਾ ਨਹੀਂ ਖਾਂਦੇ ਸਿਰਫ ਕੈਚਪ ਤੇ ਵਿੱਚ ਨੈਗਟਸ ਲਗਾ ਕੇ ਮੈਂ ਦਿੱਤੇ ਸਾਂ ਤੇ ਐਫਰ ਸੁਬਾਹ ਆ ਗਈ ਤੇ ਰਾਤ ਨੂੰ ਸੀ ਕੁਛ ਨਹੀਂ ਸੀ ਬਣਾਇਆ 버ਗਰ ਖਾਦੇ ਸਨ ਸੁਬਾਹ ਵੀ ਨਾਸ਼ਤਾ ਸਾਡਾ 12 ਵਾਂ ਆਇਆ ਸੀ ਮੇਰੇ ਸਰਦਾਰ ਆਏ ਹੋ ਇਸਨ ਤੇ ਸਾਡੀਆਂ ਮੋਜਾਂ ਲੱਗੀਆਂ ਇਸਨ ਤੇ ਬਾਸਵੇਂ ਨਾਸ਼ਤਾ ਸੇ ਲੈ ਕੇ ਨਾਸ਼ਤਾ ਸੀ ਲੈ ਕੇ ਆ ਤਾਂ ਲੈ ਬਜ਼ਾਰ ਤੋਂ ਤੇ ਉੱਥੇ ਪਰਾਠੇ ਮਿਲਦੇ ਨਾਲ ਉਹ ਵਾਲੇ ਲੇਕਿਨ ਮੈਨੂੰ ਪਸੰਦ ਨਹੀਂ ਆਇਆ ਮੈਦੇ ਦਾ ਮਤਲਬ ਆਟਾ ਇਸੇ ਮਹਿੰਦਾ ਸੀ ਤੋਂ ਅਜੀਬ ਜੇ ਸਨ ਠੀਕ ਹੈ तो फिर मेरे मियाँ जी ने चले जाना से बाहर असी फिर बच्चों लैके चले गए गे, गैरिजन पार्क उत्थे बच्चा फराया टराया मैं मेरे नानी बच्चे सन मैदा जी के बच्चे सन तो असं सारे फिर चले गए उैरिजन पार्क उतूले झूले ले तो उस असं फिर आ गए सियालकोट मॉल उत् आए खाते बर्गर तो खाते पीज़ा तो पीज़ा भी बहुत मजेदार ਦੋਂ ਵਾਇਸਓਵਰ ਕਰਤੇ ਮੇਰੇ ਮੂੰ ਚ ਫੇਰ ਪਾਣੀ ਆ ਰਿਹਾ ਢੇਰ ਸਾਰਾ ਲੇਕਿਨ ਮੈਂ ਖਾ ਨਹੀਂ ਸਕਦੀ ਫਿਰ ਇਸ ਜਿਹਾਸੀ ਦਾ ਬੜਾ ਨਾਮ ਸੁਣਿਆ ਹੋਇਆ ਸੀ ਐਜੀ ਇਹ ਹੈ ਮੂੰਹਾ ਤੋਂ ਬੱਚਿਆਂ ਨੇ ਖਾਦਾ ਮਤਲਬ ਇੰਜੋਏ ਕੀਤਾ ਫਿਰ ਨਵੀ ਜੀ ਗੱਡੀਆਂ ਲਾਂਚ ਹੋਈਆਂ ਸਨ ਉਸ ਦਿਨ ਤੇ ਵੀ ਮੋਲ ਦੇ ਬਾਹਰ ਬੜਾ ਰੋਲਾ ਪਿਆ ਹੋਇਆ ਸੀ ਲੜਕੀਆਂ ਬੜੀਆਂ ਖਲੋਖਲ ਕੇ ਫੋਟੋਆਂ ਖਿਚਵਾ ਰਹੀਆਂ ਸਨ ਤੇ ਅਸੀਂ ਬਸ ਤੁਹਾਨੂੰ ਜੀ ਵੀਡੀਓ ਹੀ ਬਣਾਈ ਸੀ ਅਸੀਂ ਵੀਡੀਓ ਬਣਾ ਕੇ ਖੁਸ਼ ਹੋ ਕੇ ਸਾਂ ਤੇ ਦਸ ਫਿਰ ਉਹ ਵਾਰ ਆ ਸੀ ਨਹੀਂ ਸੈਲਿਆ ਫਿਰ ਉਸ ਤੋਂ ਬਾਅਦ ਐ ਵੀ ਨੈਕਸਟ ਡੇ ਮੇਰੇ ਮੀਆਂ ਜੀ ਜਾ ਰਹੇ ਸਨ ਤੇ ਉਹਨਾਂ ਦੇ ਜਾਣ ਤੋਂ ਇੱਕ ਦਿਨ ਪਹਿਲੇ ਮੈਂ ਬਣਾਇਆ ਸੀ ਪਾਸਤਾ ਤੇ ਪਾਸਤਾ ਬਣਾਇਆ ਸੀ ਪਾਸਤੇ ਦੀ ਰੈਸਪੀ ਮੇਰੀ ਵੀਡੀਓ ਪਿਛਲੀਆਂ ਜਾ ਕੇ ਵੇਖੋ ਬਹੁਤ ਜ਼ਿਆਦਾ ਮਤਲਬ ਮੈਂ ਬਣਾਨੀ ਰਹੀਆਂ ਬਣਾਉਂਦੀ ਰਹੀਆਂ ਬਣਾਉਂਦੀ ਰਹੀਆਂ ਕਿਉਂਕਿ ਮੇਰੇ ਬੱਚੇ ਖਾਂਦੇ ਹੀ ਐਨ ਖੁਸ਼ ਹੋ ਕੇ ਤੇ ਜੋ ਬੱਚੇ ਖਾਂਦੇ ਨੇ ਮਾਵਾਂ ਵੀ ਕਹਿੰਦੀਆਂ ਨੇ ਉਹ ਹੀ ਬਣਾਓ कि चलो बच्चे खा लेने इस तरह बच्चा चिकन भी खा ले सब्जियां भी होंगे ने भी खा ने हम जो सब्जियां वेख के बच्चे नूह चाड़ते हैं तो बस खा लेना चाहिए तो पास्ता तो मैं बना रही स लेकिन मेरा दिल बड़ा उदास क्योंकि मेरे मियाँ जी वापस जा रहे सन रहना से अभी पन्हा उन्होंने होर क्योंकि दो माह छुट्टी लैके आए सन मतलब लैके कि आए सन मतलब दो माह बाद वापसी की टिकट से लेकिन सम रीज़न फिर उन्होंने जाना पाया ਕਿਉਂਕਿ ਉਹਨਾਂ ਦਾ ਮਛਲਾ ਆਪਣਾ business ਸੀ ਤੇ ਉਹ ਫਿਰ ਮਤਲਬ ਨਹੀਂ ਛੱਡ ਸਕਦੇ ਨਾ ਤੇ ਇਸ ਵਾਸਤੇ ਫਿਰ ਉਹ ਚਲੇ ਜਾਣਾ ਕਿ ਸਵੇਰ ਉਹਨਾਂ ਨੇ ਤੇ ਮੈਂ ਬੜੀ ਉਦਾਸੀ ਚ ਬਣਾ ਰਹੀ ਸੀ ਲੇਕਿਨ ਖੈਰ ਖਾਣਾ ਪੀਣਾ ਤਾਂ ਫਿਰ ਚੱਲਦਾ ਹੀ ਰਹਿਣਾ ਉਦਾਸੀ ਦੇ ਨਾਲ ਚੱਲੋ ਆਪਣੀ ਜਗਾ ਵੇ ਲੇਕਿਨ ਯਾਰ ਜਿਹੜੇ ਮੀਂਹ ਦਿਨੇ ਨਾ ਮਤਲਬ ਕਾਲ ਹੋਣ ਤੇ ਕਦਰ ਨਹੀਂ ਹੁੰਦੀ ਜਦੋਂ ਦੂਰ ਚਲੇ ਜਾਂਦੇ ਨੇ ਨਾ ਫਿਰ ਅਹਿਸਾਸ ਹੁੰਦਾ ਕਿ ਨਹੀਂ ਯਾਰ ਬੜੀ ਕੀਮਤੀ ਚੀਜ਼ ਹੈ सही है सरताज बड़े कीमती ने संभाल के रखना चाहिए उन्होंने तो ए वाला कुछ ही नहीं कि जब जो मैं मैं उतो सैड हो जाए मैं सोच नहीं हाँ कि मैं क्यों एयरपोर्ट पर गई गई मैं बड़ी जिद करके स लेकिन जाना नहीं सी मैं चाहिए वापसी तो मेरे बच्चे बहुत उदास सन सनते सारी बाबा जा रहे सन तो असं सियालकोट इंटरश नैशनल एयरपोर्ट से छेडन आए सभी लो ठीक है फिर Абрака.